ਦੁੱਖਾਂ ਦੇ ਭੈ ਦੂਰ ਕਰਨ ਵਾਲਾ, ਦੁੱਖਾਂ ਨੂੰ ਦੂਰ ਕਰਨ ਵਾਲਾ, ਭੈ ਨੂੰ ਦੂਰ ਕਰਨ ਵਾਲਾ, ਨਾਸ ਕਰਨ ਵਾਲਾ, ਉਹਦੇ ਨਾਲ ਮਨ ਹੀ ਨਹੀਂ ਲਾਇਆ। ਤਾਸ਼ ਮਨ ਨਾ ਲਗਾਨਾ, ਉਹਦੇ ਨਾਲ ਮਨ ਹੀ ਨਹੀਂ ਲਾਉਂਦਾ ਹੈ। ਚੰਨ ਨਾਨਕ ਕੋਟ ਕਿਨਹੂੰ ਗੁਰਮੁਖ ਕੋਏ ਪਛਾਨਾ। ਜਨ ਨਾਨਕ ਕੋਟਨ ਮੈਂ ਕਿਨਹੂ, ਬਸਰਾਮ ਕਿਨਹੂ ਤੇ ਲਾਉਣਾ। ਜਨ ਨਾਨਕ ਕੋਟਨ ਮੈਂ ਕਿਨਹੂ, ਸਿੱਧਾ ਅਰਥ ਹੈ ਦਾਸਾ ਭਾਵ ਨਾਲ ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਇਹ ਸੰਪਰਦਾਈ ਅਰਥ ਹੈ। ਟੀਕੇ ਵਾਲੇ ਤੇ ਕਹਿੰਦੇ ਨੇ ਹੇ ਨਾਨਕ, ਉਹ ਨਾਨਕ ਨੂੰ ਹੀ ਕਹੀ ਜਾਂਦੇ ਹੈ। ਨਹੀਂ ਨਹੀਂ, ਜਨ ਦਾਸਾ ਭਾਵ ਨਾਲ ਨਾਨਕ ਨੌਵੇਂ ਪਾਤਸ਼ਾਹ ਗੁਰੂ ਨਾਨਕ ਦੇ ਨੌਵੇਂ ਸ਼ੁਰੂ ਕਹਿੰਦੇ ਨੇ। ਹਰੇਕ ਨੇ ਨੀ, ਜਨ ਨਾਨਕ ਕੋਟਨ ਮੈਂ ਕਿਨਹੂ, ਕਰੋੜਾਂ ਵਿੱਚ ਕਿਸੇ ਵਿਰਲੇ ਨੇ, ਕਿਸੇ ਨੇ ਹੀ ਪਛਾਣਿਆ ਉਹਨੂੰ। ਕਿਵੇਂ ਬਈ? ਗੁਰਮੁਖ ਹੋਏ ਪਛਾਣਾ, ਗੁਰਮੁਖ ਹੋਏ ਪਛਾਣਾ, ਗੁਰਮੁਖ ਬਣ ਕੇ ਪਛਾਣੇ। ਗੁਰਮੁਖ ਜਿਸ ਦਾ ਮੂੰਹ ਗੁਰੂ ਵੱਲ ਹੈ ਉਹਨੂੰ ਗੁਰਮੁਖ ਕਹਿੰਦੇ ਹੈ। ਹੁਣ ਆਪਾਂ ਜਿੰਨੇ ਪੰਡਾਲ ਵਿੱਚ ਬੈਠੇ ਹਾਂ ਸਾਰੇ ਹੀ ਕਹਾਂਗੇ ਵੀ ਸਾਡਾ ਸਾਰਿਆਂ ਦੇ ਮੂੰਹ ਮਹਾਰਾਜ ਵੱਲ ਨੂੰ ਆਏ ਸੀ, ਫਿਰ ਗੁਰਮੁਖੀ ਹੈ ਜਾ ਰਹੇ। ਪਰ ਗੁਰੂ ਦੇ ਕਹੇ 'ਤੇ ਕਦੇ ਕਿਸੇ ਨੇ ਕੋਈ ਚੱਲੇ ਹਾਂ ਆਪਾਂ? ਉਹ ਗੁਰਮੁਖ ਹੈ, ਉਹਦਾ ਮੂੰਹ ਹਮੇਸ਼ਾ ਗੁਰੂ ਵੱਲ ਹੈ, ਜਿਹੜਾ ਹਮੇਸ਼ਾ ਗੁਰੂ ਦੇ ਭੈ ਵਿੱਚ ਰਹਿੰਦਾ। ਇੰਜ ਨਹੀਂ, ਮਹਾਂਪੁਰਖ ਵੱਡੇ ਪਿੰਡਾਂ ਵਾਲਿਆਂ ਨੂੰ ਟੈਕਦਾ ਹੋਇਆ, ਗਰਮੀ ਦੀ ਰੁੱਤ ਸੀ ਜੇਠ ਹਾੜ੍ਹ ਦੇ ਮਹੀਨੇ ਦੀ, ਅਤੇ ਹੇਠਲੀ ਵਤੋਈ ਕਹਿ ਦਿੰਦੇ ਆ ਝੱਗੀ, ਉਹ ਵੀ ਲਾ ਕੇ ਕਛਹਿਰੇ ਨਾਲ ਕੇ ਵੱਲ ਬੈਠੇ ਮੰਜੇ 'ਤੇ। ਕਿਰਪਾਨ ਇਸੇ ਤਰ੍ਹਾਂ ਹੀ ਗਾਤਰੇ ਪਾਈ ਹੋਈ। ਇੱਕ ਸਿੰਘ ਕਹਿੰਦਾ ਮਹਾਰਾਜ ਇਹਨੂੰ ਮੋਢੇ 'ਚ ਕਰ ਲਓ, ਫਿਰ ਵੀ ਸਰੀਰ ਦੇ ਨਾਲ ਹੀ ਹੈ। ਕਹਿੰਦੇ ਆਹੋ, ਅੱਧੀ ਆਪ ਲਾ ਦਿਓ, ਕਹਿੰਦੇ ਦੂਜੀ ਆਪੇ ਲੈ ਜੂ। ਬਸ ਇੰਨੇ ਹੀ ਪੈਰ ਰੱਖਣਾ ਤੁਸੀਂ। ਇੱਕ ਗੁਰਮੁਖ ਮਹਾਂਪੁਰਖਾਂ ਨੂੰ ਹੱਸ ਕੇ ਕਹਿੰਦਾ ਮਹਾਰਾਜ ਮੈਨੂੰ ਤਕੜਾ ਚਿਰ ਹੋ ਗਿਆ ਤੁਹਾਨੂੰ ਵੇਖਦੇ ਨੂੰ, ਵੀ ਤੁਸੀਂ ਪਾਣੀ ਪਾ ਲੈਂਦੇ ਹੋ, ਹੱਥ ਮਾਂਜੀ ਜਾਂਦੇ ਹੋ, ਫਿਰ ਪਾਣੀ ਪਾ ਲਿਆ, ਫਿਰ ਹੱਥ ਮਾਂਜ ਲਏ, ਫਿਰ ਪਾਣੀ ਪਾ ਲਿਆ, ਫਿਰ ਹੱਥ ਮਾਂਜ ਲਏ। ਕਹਿੰਦੇ ਮੈਨੂੰ ਇਵੇਂ ਲੱਗਦਾ ਵੀ 15-20 ਵਾਰੀ ਤਾਂ ਤੁਸੀਂ ਕਰ ਹੀ ਦਿੱਤੇ ਹੋਵੋਗੇ। ਪਹਿਲਾਂ ਕਹਿੰਦੇ ਗੁਰਮੁਖਾ ਸਾਨੂੰ ਸੂਪ ਜੀ ਵਾਲੀ ਆਉਂਦੀ ਹੈ, ਤਾਂ ਅਸੀਂ ਉਹ ਕਰਦੇ ਰਹਿੰਦੇ ਹਾਂ। ਉਹ ਕਹਿੰਦੇ ਜਿੰਨੀ ਇਹ ਕਿਹੜੀ ਗੱਲ ਹੈ, ਕਾਹਦੀ ਹੁਣ ਸੁੱਖ ਹੈ ਜਦੋਂ 4 ਵੀਰ 5 ਵੀਰ ਮਾਂਜਦੇ? ਚੱਲ ਠੀਕ ਹੈ, ਹੁਣ ਮਾਂਜੀ ਜਾਣਾ, ਮਾਸ ਦੇੜਨਾ। ਉਹ ਕਹਿੰਦੇ ਗੁਰਮੁਖਾ ਆ ਜਿੰਨੀ ਫੌਜ ਹੈ ਮੇਰੇ ਵੱਲ ਨੂੰ ਵੇਖਦੇ, ਜੇ ਮੈਂ 10 ਵਾਰੀ ਮਾਂਜੂੰਗਾ ਤਾਂ ਇਹਨਾਂ ਨੇ 5 ਵਾਰੀ ਮਾਂਜਣੀ, ਜੇ ਮੈਂ ਹੀ 2 ਵਾਰੀ ਮਾਂਜੂੰਗਾ ਤੇ ਫਿਰ ਤੇ ਇਹ ਤੇ ਪਾਣੀ ਨਾਲ ਹੀ ਧੋ ਕੇ ਸਹਾਰ ਲਿਆ ਕਰਨਗੇ। ਸੋਚਮੰਦੀ ਸਤਿ ਸ਼੍ਰੀ ਅਕਾਲ। ਅੱਜ ਸਾਡਾ ਹਾਲ ਵੈਸੇ ਹੀ ਹੈ, ਲੰਗਰ ਬਹੁਤ ਚੱਲਦੇ ਹੈ, ਫਤਿਹਗੜ੍ਹ ਸਾਹਿਬ, ਚਮਕੌਰ ਸਾਹਿਬ, ਅਨੰਦਪੁਰ ਸਾਹਿਬ, ਜੋੜ ਮੇਲਿਆਂ 'ਤੇ ਬੜੇ ਲੰਗਰ ਚੱਲਦੇ ਹੈ, ਪਰ ਮਾਂਜਦਾ ਪਿਓ ਦਾ ਪੁੱਤ ਕੋਈ ਨਹੀਂ, ਭਾਂਡੇ ਅਤੇ ਸਰਫ ਨਾਲ ਹੀ ਕੰਮ ਚੱਲਦਾ ਹੈ। ਭਾਂਡੇ ਮਾਂਜੇ ਕਦੇ? ਇੱਕ ਵਾਰ ਮਹਾਂਪੁਰਖਾਂ ਕੋਲ ਮੈਨੂੰ ਲਾ ਤਾ ਕਥਾ ਕਰਨ, ਚਲੋ ਮੈਂ ਯੋਗਤਾ ਹੈ ਨਹੀਂ ਸੀ, ਹੁਣ ਵੀ ਨਹੀਂ। ਮਨ ਦਾ ਫੁਰਨਾ ਹੋਇਆ ਵੀ ਕਹਿੰਦੇ ਮਹਾਂਪੁਰਖ ਕਥਾ ਦੇ ਵਿੱਚ ਹੀ ਸਵਾਲ ਦਾ ਹੱਲ ਦੱਸ ਦਿੰਦੇ ਚਲੇ ਗਏ। ਮਹਾਂਪੁਰਖ ਕਥਾ ਕਰ ਰਹੇ ਸਨ, ਬਹਿ ਗਏ ਚੁੱਪ ਕਰਕੇ, ਸਵਾਲ ਇਹੀ ਸੀ।
कथा करते करते कहते हुण हरेक चाहुंदा है जी मन साफ चाहिए जी फलाना चाहिए जी कहिंदे सब तो पहला मन दे शुद्धिकरण तो पहला बुद्धि की शुरुआत शुद्धि जरूरी है। बुद्धि की शुद्धि द्वारा ही फिर ही मन की शुद्धि होगी। बुद्धि की शुद्धि किवें होगी? ना बुद्धि स्थूल है ना मन स्थूल है। बुद्धि भी सूक्ष्म है मन भी सूक्ष्म है। कहिंदे जदों भांडे मांजदियां मांजदियां आ हथां दे नौ घस जाण, कहिंदे लंगर दे भांडे मांजदियां जिवें जिवें हथां दे नौ घसी जाणगे उवें उवें कहिंदे बुद्धि दी शुद्धता हुंदी जाएगी। मन नूं लण तां पंज हो मनां तों तक दे आप दा भांडा वी नहीं मांजिआ किसे दा तां की मांजणा तैं भाड़दा बुद्धि शुद्ध मन शुद्ध। सेवा करने से छड़ गए हां किसे लालच विच जरूर हो रही है। फतेहगढ़ साहब जोड़ मेले ते एक नौजवान 11 बजे रात दे थाली च पा के जलेबियां खड़ा बाबा जी प्रसादा छक। मैं क्या भी छकया होया आनंद है एक जलेबी छक। मैं कोई आनंद छकया हो मैं फिर मैंने दस भी तेरिया अखा की होया टमाटर जिड़िया जिड़िया हुई पे की होस के कहना जी फिर ए भी जो सेवा करनी हो कैड़े जी तो होना ही पैना। आड़ी कौम का प्रचार हो रहा है ते ला दो जी लंगर लंगर वास्ते माया बथेरी दानिया ने देनी है ते चलो जी दो बोरिया लिया पोस्ट दियां ते बंड दे जी सारे नूं लो वे कैड़े हो जो मलो चाह नाल लै लो दो दो चमचे चाह नाल। सिमरन बुद्धि साफ हो इहदे नाल शरीर का सत्यानाश बुद्धि की सफाई किने कर लेनी है। शरीर स्थूल है इहदा भी सत्यानाश बुद्धि की सफाई कित्थों होवे? बुद्धि की सफाई ते ताही होवेगी जो हथी सेवा कर दे। हथां नाल सेवा होवे ते मुख तो बाबा गुरमुख सिंह जी संप्रदाय कदे वह भी महापुरख सन जिहड़े कहिंदे सन सेवा करन वालियां नूं गल नहीं करनी किसे ने। मुख तो सतनाम वाहिगुरु जपो सिर ते कड़ाही जां टोकरी ढोवो हथां नाल कोई कही चुको गल नहीं करनी किसे ने। सतनाम वाहिगुरु सतनाम वाहिगुरु ना ए रसना सफली ना ए शरीर सफला ना ए हथ सफले बुद्धि की शुद्धि आपी होगी फिर बुद्धि की शुद्धि होती। बुद्धि की शुद्धि जो हो जाए फिर मन की शुद्धि होती है। साढ़े विद्या का एक सुनाते होंगे सन चीज कविता के रूप में छोटी जी गल कहिंदे एक बार सारे इंद्रिया ने पंज ज्ञान इंद्रे पंज कर्म इंद्रे दस इंद्रे है ना यह मन ते बुद्ध इन्हां दे नाल रला लईदे पंज प्राण 17 तत् बन जांदे। कहिंदे इन्हां ज्ञान इंद्रे दसां इंद्रिया ने मीटिंग कीती कहिंदे वी आपां बाहरला कम तां सारे करी जांदे जिन्ने इंद्रे ने अंदरला काम कोई नहीं करता ये सब बाहरला काम करते। अखां ये बाहर नूं देखदियां कन्न ये बाहरों सुनदे नासां ये बाहरों सुंघदियां ने जीव ये बाहरों अंदर नूं करी जांदी है ते अंदरला काम कोई नहीं किसे करदा। सारे ने मीटिंग कीती कहिंदे रब अंदर ही रहिंदा आपां शरीर दे नाल गल किसे ने कदे कोई देखी नहीं वी कोई दसो। कन कहते भी गल सुनो मैं तो रहना सुन रही
ਵੀ ਜੀਵ ਅੰਦਰ ਜ਼ਰੂਰ ਹੈ, ਮੂੰਹ ਦੇ ਵਿੱਚ ਹੈ, ਇਹਦੇ ਨਾਲ ਆਪਾਂ ਗੱਲ ਕਰਦੇ। ਕੰਨ ਜੀਵ ਨੂੰ ਆਖਦੇ ਸੁਣੀ ਭੈਣੇ ਮੇਮਾ ਨਾਮ ਦੀ ਸੁਣੀ ਅਮੋਲ ਅੜੀਏ। ਕੰਨ ਜੀਵ ਨੂੰ ਕਹਿੰਦੇ ਭੈਣੇ ਤੂੰ ਦੱਸ, ਤੂੰ ਜਪਦੀਆਂ ਨਾ ਰੱਬ ਦੇ ਨਾਂ ਦੀ ਮਹਿਮਾ ਹੀ ਬੜੀ ਅਮੋਲ ਹੈ, ਤੂੰ ਦੱਸ ਵੀ ਕਿੰਨੀ ਕੁ ਅਮੋਲ ਹੈ, ਤੂੰ ਜਪਦੀ ਰਹਿੰਦੀ। ਫਿਰ ਉਹਨੇ ਜਵਾਬ ਦਿੱਤਾ, ਮੈਂ ਤੇ ਮੁੱਖ ਦੇ ਵਿੱਚ ਹੀ ਰਟਨ ਜੋਗੀ, ਸੁੱਧ ਨੂੰ ਮਾਰਦੀ ਬੋਲ ਅੜੀਏ। ਉਹ ਕਹਿਣ ਲੱਗੀ, ਐ ਸਰੋਤ ਇੰਦਰੇ ਭੈਣੇ, ਮੇਰਾ ਕੰਮ ਤਾਂ ਮੂੰਹ 'ਚ ਰਟਣ ਦਾ ਹੀ ਹੈ, ਗਾਂ ਮੈਂ ਵੀ ਨਹੀਂ ਜਾ ਸਕਦੀ। ਫਿਰ ਕੇ ਕੰਨ ਕਹਿੰਦੇ, ਫਿਰ ਅੰਦਰ ਕੌਣ ਜਾਵੇ, ਉਹ ਦੱਸ। ਕਹਿੰਦੀ, ਮੈਂ ਸੁਰਤੀ ਨੂੰ ਮਾਰਦੀ ਹਾਂ ਆਵਾਜ਼, ਉਹ ਜਾ ਸਕਦੀ ਹੈ। ਸੁਰਤੀ ਨੂੰ ਆਵਾਜ਼ ਮਾਰੀ, ਸੁਰਤੀ ਵੀ ਹੁਣ ਇਕੱਲੀ ਨਹੀਂ ਜਾ ਸਕਦੀ, ਉਹ ਵੀ ਭਾਲਦੀ ਹੈ ਆਸਰਾ, ਕਿਸੇ ਹਨੇਰੇ ਥਾਂ ਦੀ ਲੰਘਣਾ ਹੋਵੇ ਹਰ ਕੋਈ ਕਹਿੰਦੇ ਚੱਲ ਮੇਰੇ ਨਾਲ। ਸੁਰਤੀ ਵੀ ਕਹਿੰਦੀ, ਮੇਰੇ ਨਾਲ ਕੋਈ ਹੋਵੇ, ਮੈਂ ਇਕੱਲੀ ਕਿਵੇਂ ਜਾਵਾਂ। ਸੁਰਤ ਸ਼ਬਦ ਦਾ ਆਸਰਾ ਤੱਕ ਕੇ ਤੇ ਪਹੁੰਚੀ ਆਪਣੇ ਪਿਆ ਦੇ ਕੋਲ ਅੜੀਏ। ਭਾਗਾਂ ਵਾਲੀਏ ਵਿਛੜੀ ਆਣ ਮਿਲ ਗਈ, ਘਰ ਵੇਖ ਫਰੋਲ ਫਰੋਲ ਅੜੀਏ। ਸੁਰਤ ਸ਼ਬਦ ਦੇ ਨਾਲ ਜੁੜ ਕੇ ਰਾਗੀ ਸਿੰਘ ਕੀਰਤਨ ਕਰ ਰਹੇ ਸਨ, ਗੁਰਮੁਖ ਕਰਦੇ ਨੇ ਕੀਰਤਨ। ਜਦੋਂ ਕਿਤੇ ਸੁਣਨਾ ਹੋਵੇ, ਕੋਈ ਸੰਗੀਤ ਦਾ ਸ਼ੌਕੀ ਹੈ, ਉਹਨੂੰ ਸੰਗੀਤ 'ਚੋਂ ਆਨੰਦ ਆ ਸਕਦਾ ਹੈ, ਕੁਛ ਸੰਗੀਤ ਦਾ, ਸ਼ਬਦ ਦਾ ਨਹੀਂ। ਕੋਈ ਆਵਾਜ਼ ਸੁਣਦਾ ਸ਼ੌਕੀ ਹੁੰਦਾ, ਉਹਦੇ 'ਚੋਂ ਆਵਾਜ਼ ਦਾ ਰਸ ਲੈ ਸਕਦਾ ਹੈ, ਸ਼ਬਦ ਦਾ ਨਹੀਂ। ਜਿਹੜਾ ਸ਼ਬਦ ਦਾ ਜਾਣੂ ਹੈ, ਉਹ ਕਿਤੇ ਸ਼ਬਦ ਨਾਲ ਜੋੜ ਲਵੇ ਸੁਰਤ ਨੂੰ, ਫਿਰ ਜਾਂਦੀ ਹੈ ਪਟੱਕ ਦੇ ਕੇ ਸੁਰਤ ਅੰਦਰ। ਫਿਰ ਸੁਰਤ ਸ਼ਬਦ ਦਾ ਆਸਰਾ ਤੱਕ ਕੀਤੇ, ਸੁਰਤ ਨੇ ਸ਼ਬਦ ਦੇ ਆਸਰੇ ਦੇ ਨਾਲ ਲੈ ਕੇ ਫਿਰ ਪਹੁੰਚ ਗਈ ਅੰਦਰ। ਜਦੋਂ ਆਪਣੇ ਪਤੀ ਦੇ ਨਾਲ ਮਿਲ ਗਈ, ਪਰਮਾਤਮਾ ਅੰਦਰ ਹੀ ਬੈਠਾ ਹੈ, ਕਿਹੜਾ ਬਾਹਰ ਹੈ। ਉਹ ਕਹਿੰਦੇ, ਚੰਗਾ ਕੀਤਾ ਭਾਗਾਂ ਵਾਲੀਏ, ਆ ਮਿਲੀ ਲੈ ਹੁਣ ਘਰ ਤੇ ਰਹੀ ਹੈ, ਲੱਭ ਲਾ ਜਿਹੜਾ ਕੁਝ ਚਾਹੁੰਦੀ, ਘਰ ਵੇਖ ਫਰੋਲ ਫਰੋਲ ਲੜੀਏ। ਫਿਰ ਇਸ ਘਰ ਦੇ ਵਿੱਚ ਹੀ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪਰਮ ਵੈ ਪਰਮ ਤੱਤ ਹੈ, ਸਤਿਗੁਰ ਹੋਏ ਲਿਖਾਵੈ। ਗੁਰੂ ਬਿਨਾਂ ਨਹੀਂ ਕੋਈ ਜਾਣ ਸਕਦਾ, ਫਿਰ ਗੁਰੂ ਵਾਲੇ ਬਣਨਾ ਹੋਵੇਗਾ, ਫਿਰ ਹੀ ਗੁਰਮੁਖ ਬਣਾਂਗੇ ਹੌਲੀ ਹੌਲੀ। ਪਹਿਲੇ ਜਿਹੜੇ ਕੇਸਾ ਧਾਰੀ ਨੇ, ਕੇਸ ਧਾਰਨ ਕਰੀਏ। ਮੈਂ ਇਹ ਨਹੀਂ ਕਹਿੰਦਾ ਕੋਈ ਹਿੰਦੂ ਧਰਮ ਛੱਡ ਕੇ ਭਾਈ ਸਿੱਖ ਬਣ ਜਾਓ, ਮੈਂ ਇਹ ਨਹੀਂ ਕਹਿੰਦਾ ਕੋਈ ਮੁਸਲਿਮ ਛੱਡ ਕੇ ਸਿੱਖ ਬਣ ਜਾਓ। ਇਹ ਬੇਨਤੀ ਜ਼ਰੂਰ ਕਰਾਂਗਾ, ਉਹ ਇਹ ਸਿੱਖੋ ਸੁੱਲੇ ਨਾ ਬਣੋ। ਨਕੋਦਰ 'ਚ ਹੀ ਆਏ, ਨਕੋਦਰ ਕਈ ਮਾਜਦਾਂ ਜੇ, ਕਈ ਕੁਛ ਬਣਿਆ ਹੋਇਆ ਮਕਬਰੇ ਜੇ, ਚੁੱਪ ਸ਼ਾਹ ਫਕੀਰ, ਕਿਤੇ ਖਾਕੀ ਸ਼ਾਹ ਫਕੀਰ, ਕਿਤੇ ਫਲਾਣੇ ਸ਼ਾਹ ਫਕੀਰ। ਇੱਕ ਮੁਸਲਮਾਨ ਯੂਪੀ ਤੋਂ ਆਉਂਦਾ ਹੁੰਦਾ ਕੱਪੜੇ ਵੇਚਣ, ਉਹਨੂੰ ਮੈਂ ਕਿਹਾ ਵੀ ਇਹਨਾਂ ਬਾਰੇ ਤੁਹਾਡੀ ਕੀ ਰਾਏ ਹੈ। ਉਹ ਕਹਿੰਦਾ, ਜੀ ਗੱਲ ਸੁਣੋ, ਸਾਡਾ ਕੋਈ ਮੁਸਲਿਮ ਕਿਸੇ ਦਰਗਾਹ 'ਤੇ ਨਹੀਂ ਜਾਂਦਾ, ਇਹ ਕਹਿੰਦੇ ਤੁਹਾਡੇ ਵਾਲੇ ਹੀ ਹੈ, ਜਿਹੜੇ ਨੀਲੀਆਂ ਪੀਲੀਆਂ ਪੱਗਾਂ ਬੰਨਣ ਵਾਲੇ ਹਨ, ਇਹੀ ਉੱਥੇ ਕਰਵਾਨਾ ਥੱਲੇ ਦੀ ਕਰਕੇ ਜਾ ਵੜਦੇ, ਇਹੀ ਉੱਥੇ ਮੱਥੇ ਟੇਕਦੇ। ਕਹਿੰਦੇ, ਕੋਈ ਮੁਸਲਮਾਨ ਕਦੇ ਦੇਖਿਆ ਤਾਂ ਸਾਨੂੰ ਦੱਸ ਦਿਓ। ਉਹ ਭਾਈ ਸਿੱਖੋ, ਕਿਉਂ ਥਾਂ ਥਾਂ 'ਤੇ ਗੁਰੂ ਦੀ ਪੱਗ ਨੂੰ ਦਾਗ ਲਾਗ ਰਹੇ ਹੋ, ਕਿਉਂ ਥਾਂ ਥਾਂ 'ਤੇ ਭੜਕ ਰਹੇ ਹਾਂ। ਗੁਰੂ ਦੇ ਦਰ ਦੇ ਸਿੱਖ ਬਣ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸਮਾਂ ਬਹੁਤ ਹੋ ਗਿਆ, ਬਾਬਾ ਜੀ ਸਟੇਜ 'ਤੇ ਆ ਗਏ, ਕਈ ਤਰ੍ਹਾਂ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਮੈਂ ਧੰਨ ਕਰਾਂ ਬਾਬਾ ਜੀ ਦਾ ਧੰਨਵਾਦ, ਅਤੇ ਆਪ ਸਮੁੱਚੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਬਾਬਾ ਜੀ ਨੇ ਰੱਬ ਵਰਗੀ ਸੰਗਤ ਦੇ ਦਰਸ਼ਨ ਕਰਾਏ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਗੁਰਮੁਖ ਬਣੀਏ, ਕਿਸੇ ਵਿਰਲੇ ਨੇ ਗੁਰਮੁਖ ਹੋਏ ਵਿਚਾਰਨਾ, ਗੁਰਮੁਖ ਬਣ ਕੇ ਹੀ ਉਸ ਰੱਬ ਨੂੰ ਪਹਿਚਾਣਿਆ ਹੈ। ਗੁਰੂ ਕਿਰਪਾ ਕਰਨ, ਇਹ ਸਮਾਗਮ ਬਣਾਉਣ ਦਾ ਤਾਂ ਹੀ ਫਾਇਦਾ ਹੈ
महापुर कहते होंगे सन, जट ने झोना लाया जट ने हाड़ी बीजी, जदों झाड़ निकलिया जे चंगा होवे ताही खुश होंदा, जे झाड़ ही पूरा निकले खुश की मूँह उठ जाता। इस तरह ही आ समागम मनाउण दा ताही झाड़ इहदा इह नहीं वी गोलक किन्नी हुई झाड़नी है, इत्थे दा झाड़ यह है वी ऐतकी प्रोग्राम ते किन्ने नवे सिख तैयार होए, किन्नियां ने केस रखे, किन्ने केसा धारियां ने अमृत छकिया, किन्ने गुरु वाले बन के गुरमुख बन गए, यह झाड़ है। इस पासे आके गुरु दियां खुशियां प्राप्त करिए, बेनती करांगा गुरमुखां नूं दास दियां भुल्लां सब संगत ने खिमा करनी है, पंगतियां कीलियां पढ़ दिओ जी पते बनाई। दीन दयाल सदा दुख भंजना, तासियो मन ना लगाना, जन नानक कोटन मैं किन्हू गुरमुख होए पछाना। Thank you.
ਨਾਨਕ।